ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਬਰਨਕੌਰ ਮਾਨ ਹਾਜ਼ਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਏ ਟੀਵੀ 263 ਇਮੀਗ੍ਰੇਸ਼ਨ ਕੰਸਲਟੈਂਸੀ ਤੇ ਆਇਲਸ ਸੈਂਟਰਾਂ ਖਿਲਾਫ ਜਲੰਧਰ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਯੂਰਪ ਜਾ ਰਹੇ 1300 ਪ੍ਰਵਾਸੀ ਸਮੁੰਦਰ ਵਿੱਚ ਫਸੇ ਇਟਲੀ ਨੇ ਲਾਂਚ ਕੀਤਾ ਰੈਸਕਿਊ ਆਪਰੇਸ਼ਨ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੀਜ਼ਾ ਫੀਸਾਂ ਵਿੱਚ ਕਰੇਗਾ ਵਾਧਾ ਕੈਨੇਡਾ ਇਮੀਗ੍ਰੇਸ਼ਨ ਐਕਸਪ੍ਰੈਸ ਐਂਟਰੀ ਸਿਸਟਮ ਵਿੱਚ ਤਬਦੀਲੀਆਂ ਪੰਜਾਹ ਹਜ਼ਾਰਾਂ ਦੇ ਲਾਭ ਖਬਰਦਾਰ ਵਿਦੇਸ਼ ਵਿੱਚ ਬਸਣ ਵਾਲਿਆਂ ਤੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ਈਰਾਨ ਸਾਊਦੀ ਅਰਬ 7 ਸਾਲ ਬਾਅਦ ਚਾਈਨਾ ਨਾਲ ਸੰਬੰਧ ਕਰਨਗੇ ਬਹਾਲ ਦੋਵੇਂ ਦੇਸ਼ ਜਲਦ ਖੋਲਣਗੇ ਦੂਤ ਘਰ ਬਿਨਾਂ ਪਾਸਪੋਰਟ ਦੇ ਵਿਦੇਸ਼ ਯਾਤਰਾ ਵੱਡੀ ਖਬਰ ਹੈ ਕਿਉਂਕਿ ਵਿਦੇਸ਼ ਜਾਣ ਦੇ ਲਈ ਕੁਝ ਦੇਸ਼ਾਂ ਦੇ ਲਈ ਨਹੀਂ ਹੈ ਪਾਸਪੋਰਟ ਦੀ ਲੋੜ ਆਧਾਰ ਕਾਰਡ ਨਾਲ ਕੀਤੀ ਜਾ ਸਕਦੀ ਹੈ ਯਾਤਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਪਣੇ ਜੀਵਨ ਸਾਥੀ ਲਿਆਉਣ ਤੇ ਪਾਬੰਦੀ ਲਗਾਉਣ ਤੇ ਵਿਚਾਰ ਕਰ ਰਹੀ ਹੈ ਵਰਤਾਨਵੀ ਸਰਕਾਰ ਪੰਜਾਬ ट्रैवल professionals regulation act 2014 ਦੇ ਤਹਿਤ ਨਿਰਧਾਰਿਤ ਨਿਯਮਾਂ ਦਾ ਉਲੰਘਣ ਕਰਨ ਤੇ ਡੀਸੀ ਜਸਪ੍ਰਿਤ ਸਿੰਘ ਨੇ ਜ਼ਿਲ੍ਹੇ ਦੇ ਨਾਲ ਸੰਬੰਧਤ 263 ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਆਇਲਜ਼ ਸੈਂਟਰਾਂ ਤੇ ਲਾਇਸੈਂਸ ਰੱਦ ਕਰ ਦਿੱਤੇ ਨੇ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਆਇਲਸ ਸੈਂਟਰਾਂ ਦੇ ਲਾਇਸੈਂਸ ਰੱਦ ਕਰਨ ਸੰਬੰਧੀ 5 ਮਾਰਚ ਨੂੰ ਹੀ ਖੁਲਾਸਾ ਕਰ ਦਿੱਤਾ ਗਿਆ ਸੀ ਇਸ ਸੰਬੰਧ ਦੇ ਵਿੱਚ ਜ਼ਿਆਦਾ ਜਾਣਕਾਰੀ ਦਿੰਦਿਆਂ ਡੀਸੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਜਾਰੀ ਕਾਰਨ ਦੋਸਤੋ ਨੋਟਿਸ ਦਾ ਲਿਖਤੀ ਜਵਾਬ ਨਾ ਦੇਣ ਕਾਰਨ 495 ਇਮੀਗ੍ਰੇਸ਼ਨ ਕੰਸਲਟੈਂਟ ਅਤੇ ਟਿਕਟਿੰਗ 에ਜੰਟ ਅਤੇ ਆਇਲ ਦਾ ਸੈਂਟਰਾਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਸੀ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਬਾਅਦ ਦੋਸਤੋ 32 ਕੰਸਲਟੈਂਟਸ ਨੇ ਆਪਣੀ ਮਹੀਨਾਵਾਰ ਕਾਰਵਾਈ ਰਿਪੋਰਟ ਦੇ ਨਾਲ ਆਪਣਾ ਜਵਾਬ ਜਮ੍ਹਾਂ ਕਰਵਾਉਣਾ ਦਿੱਤਾ ਸੀ ਜਦਕਿ ਬਾਕੀਆਂ ਨੇ ਉਹਨਾਂ ਨੂੰ ਜਾਰੀ ਕੀਤੇ ਗਏ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਿਸ ਨੂੰ ਵੇਖਦੇ ਹੋਏ ਅਜਿਹੇ ਸਾਰੇ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਆਇਲਸ ਸੈਂਟਰਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਨੇ ਡੀਸੀ ਨੇ ਸਾਰੇ ਲਾਇਸੈਂਸ ਪ੍ਰਾਪਤ ਕੰਸਲਟੈਂਸੀ ਅਤੇ ਆਇਲਸ ਸੈਂਟਰਾਂ ਨੂੰ ਐਕਟ ਦੇ ਤਹਿਤ ਨਿਰਧਾਰਤ ਨਿਯਮਾਂ ਦਾ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਲਈ ਕਿਹਾ ਉਹਨਾਂ ਨੇ ਕਿਹਾ ਕਿ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਆਇਲਸ ਸੈਂਟਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਉਹਨਾਂ ਦੀ ਸੂਚੀ ਐਨਆਈਸੀ ਜਲੰਧਰ ਦੀ ਅਧਿਕਾਰਤ ਵੈੱਬਸਾਈਟ ਤੇ ਦੇਖੀ ਜਾ ਸਕਦੀ ਹੈ ਵਰਣਨ ਇਹ ਹੋ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਤੀ 7 ਜਨਵਰੀ ਨੂੰ ਪੰਜਾਬ ट्रैवल ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ 2014 ਦੇ ਤਹਿਤ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ 495 ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਆਇਲਸ ਸੈਂਟਰਾਂ ਦੇ ਲਾਇਸੈਂਸ ਸਸਪੈਂਡ ਕੀਤੇ ਸੀ ਜਿਨ੍ਹਾਂ ਵਿੱਚ 239 ਇਮੀਗ੍ਰੇਸ਼ਨ ਕੰਸਲਟੈਂਟ ਅਤੇ 129 ਆਇਲਸ ਸੈਂਟਰਾਂ ਦੇ ਨਾਮ ਸ਼ਾਮਲ ਨੇ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁੱਲ 1320 ਇਮੀਗ੍ਰੇਸ਼ਨ ਕੰਸਲਟੈਂਸੀ ਟਿਕਟਿੰਗ ਏਜੰਟ ਅਤੇ ਆਇਲਸ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸੀ ਅਤੇ ਉਹਨਾਂ ਵਿੱਚੋਂ 495 ਲਿਖਤੀ ਜਵਾਬ ਦੇਣ ਵਿੱਚ ਅਸਫਲ ਰਹੇ ਇਸੇ ਕਾਰਨ ਉਹਨਾਂ ਦੇ ਕਾਰੋਬਾਰੀ ਲਾਇਸੈਂਸ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤੇ ਗਏ ਸੀ। ਆਪਣਾ ਦੇਸ਼ ਛੱਡ ਕੇ ਯੂਰਪ ਪਹੁੰਚਣ ਦੀ ਰਿਫਿਊਜੀ ਲਗਾਤਾਰ ਆਪਣੀ ਜਾਨ ਖਤਰੇ 'ਚ ਪਾ ਰਹੇ ਨੇ ਇਸ ਚਾਹਤ ਇਟਲੀ ਦੇ ਤੱਟ ਰਖਿਆ ਕਾਨੇ 10 ਮਾਰਚ ਨੂੰ ਸੈਂਕੜੇ ਪ੍ਰਵਾਸੀਆਂ ਨੂੰ ਬਚਾਉਣ ਦੇ ਲਈ ਕਈ ਬਚਾਅ ਕਾਰਜ ਕੀਤੇ ਦੱਸਦੇ ਕਿ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਘੱਟੋ-ਘੱਟ 73 ਲੋਕ ਡੁੱਬ ਚੁੱਕੇ ਨੇ ਕੋਸਟ ਗਾਰਡ ਨੇ ਇੱਕ ਬਿਆਨ ਚ ਕਿਹਾ ਕਿ 1000 ਤੋਂ ਜ਼ਿਆਦਾ ਲੋਕ ਇਸ ਸਮੇਂ ਖਤਰੇ 'ਚ ਨੇ ਦੱਖਣੀ ਕੈਲਾਬਿਆ ਖੇਤਰ ਦੇ ਪ੍ਰਧਾਨ ਰੋਬਰੋਟੋ ਉਚੀਉਟੋ ਨੇ ਕਿਹਾ ਕਿ ਕਿਸ਼ਤੀਆਂ ਤੇ ਲਗਭਗ 1300 ਪ੍ਰਵਾਸੀ ਸੀ ਤੁਨ ਸੱਚੇ ਕਿ ਯੂਰੋਪੀਅਨ ਯੂਨੀਅਨ ਦੀ ਸਰਹੱਦੀ ਫੋਰਸ ਫਰੰਟੈਕਸ ਨੇ ਚੇਤਾਵਨੀ ਦਿੱਤੀ ਸੀ ਕਿ ਅੱਗੇ ਗੰਭੀਰ ਸਮੱਸਿਆ ਹੋ ਸਕਦੀਆਂ ਨੇ ਕੋਸਟਗਾਰਡ ਨੇ ਕਿਹਾ ਕਿ ਇਸਨੇ ਸਮੁੰਦਰ ਵਿੱਚ ਦੋ ਹੋਰ ਜਹਾਜ਼ਾਂ ਵਿੱਚ ਸਵਾਰ ਲੱਤਪੱਗ 800 ਪ੍ਰਵਾਸੀਆਂ ਨੂੰ ਬਚਾਉਣ ਦੇ ਲਈ ਕੁਝ ਕਿਸ਼ਤੀਆਂ ਭੇਜੀਆਂ ਨੇ ਇਸ ਤਰ੍ਹਾਂ ਇਟਾਲੀਅਨ ਨੇਵੇ ਦਾ ਇੱਕ ਜਹਾਜ਼ ਵੀ ਪੂਰੀ ਰਫ਼ਤਾਰ ਨਾਲ ਮਦਦ ਦੇ ਲਈ ਪਹੁੰਚਿਆ ਕੋਸਟ ਗਾਰਡ ਦੇ ਮੁਤਾਬਕ ਕਿਸ਼ਤੀਆਂ ਤੇ ਵੱਡੀ ਗਿਣਤੀ ਚ ਲੋਕ ਹੋਣ ਕਾਰਨ ਬਚਾਅ ਕਾਰਜ ਚ ਸਮਾਂ ਲੱਗ ਰਿਹਾ ਹੈ ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਤੋਂ ਪਹਿਲਾਂ 10 ਮਾਰਚ ਨੂੰ ਤੱਟ ਰੱਖਿਆ ਕਾਂ ਨੇ ਦੱਖਣੀ ਇਤਾਲਵੀ ਟਾਪੂ ਦੇ ਨੇੜੇ ਲਗਭਗ 500 ਪ੍ਰਵਾਸੀਆਂ ਨੂੰ ਬਚਾਇਆ ਸੀ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਤੋਂ ਜਹਾਜ਼ ਅਤੇ ਡਰੋਨ ਨੇ 20 ਕਸ਼ਤੀਆਂ ਦਾ ਪਤਾ ਲਗਾਇਆ ਜੋ ਸੈਂਕੜੇ ਲੋਕਾਂ ਨੂੰ ਲੈ ਕੇ ਇਟਲੀ ਦੇ ਤੱਟਾਂ ਵੱਲ ਜਾ ਰਹੀਆਂ ਨੇ ਆਉਣ ਵਾਲੇ ਸਮੇਂ ਵਿੱਚ ਮੌਸਮ ਦੇ ਹਾਲਾਤ ਹੋਰ ਖਰਾਬ ਹੋਣ ਦੀ ਸੰਭਾਵਨਾ ਵੀ ਹੈ 26 ਫਰਵਰੀ ਨੂੰ ਕੈਲਾਬਰੀਆ ਤੋਂ ਸਮੁੰਦਰੀ ਜਹਾਜ਼ ਦੇ ਡੁੱਬਣ ਤੋਂ ਬਾਅਦ ਇਟਲੀ ਦੀ ਵਿਦੇਸ਼ ਸਮੁੰਦਰੀ ਬਚਾਅ ਸਮਰੱਥਾ ਜਾਂਚ ਦੇ ਘੇਰੇ ਚ ਆ ਗਈ ਹੈ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਲੜਕੇ ਦੀ ਲਾਸ਼ ਬਰਾਮਦ ਕੀਤੀ ਗਈ ਜਿਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 73 ਹੋ ਗਈ ਸੀ ਜਦੋਂ ਕਿ ਕਈ ਪ੍ਰਵਾਸੀ ਖਬਰ ਲਿਖੇ ਜਾਣ ਤੱਕ ਵੀ ਲਾਪਤਾ ਸਨ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਦੀ ਸੱਜੇ ਪੱਖੀ ਸਰਕਾਰ ਨੇ 9 ਮਾਰਚ ਨੂੰ ਪ੍ਰਵਾਸੀ ਤਸਕਰਾਂ ਦੇ ਲਈ ਸਖਤ ਕੈਦੀ ਸਜ਼ਾ ਅਤੇ ਗੈਰ ਕਾਨੂੰਨੀ ਕਿਸ਼ਤੀ ਯਾਤਰਾ ਤੇ ਕਾਰਵਾਈ ਕਰਨ ਦਾ ਵਾਅਦਾ ਕੀਤਾ ਸਰਕਾਰ ਨੇ ਚੈਰਿਟੀ ਬਚਾਅ ਕਿਸ਼ਤੀਆਂ ਤੇ ਸ਼ਿਕੰਜਾ ਕਸਣ ਦੇ ਲਈ ਪਿਛਲੇ ਸਾਲ ਦੇ ਅਖੀਰ ਵਿੱਚ ਇੱਕ ਫਰਮਾਨ ਨੂੰ ਮਨਜ਼ੂਰੀ ਦਿੱਤੀ ਸੀ ਪਰ ਪ੍ਰਵਾਸੀ ਕ੍ਰਾਸਿੰਗ ਨੂੰ ਰੋਕਣ ਦੇ ਆਪਣੇ ਉਦੇਸ਼ ਦੇ ਵਿੱਚ ਬਹੁਤ ਘੱਟ ਸਫਲਤਾ ਮਿਲ ਗਿਆ ਉਹਨਾਂ ਨੂੰ ਇਟਲੀ ਪਹੁੰਚਣ ਦੇ ਲਈ ਪ੍ਰਵਾਸੀ ਗੈਰ ਕਾਨੂੰਨੀ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਨੇ ਜਿਨ੍ਹਾਂ 'ਚ ਲਗਾਤਾਰ ਉਹਨਾਂ ਦੀ ਜਾਨ ਜਾ ਰਹੀ ਹੈ ਫਿਰ ਵੀ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਇਸ ਸਾਲ ਕਿਸ਼ਤੀ ਜ਼ਰੀਏ 3000 ਰਿਫਿਊਜੀ ਇਟਲੀ ਪਹੁੰਚੇ 8 ਮਾਰਚ 2023 ਤੋਂ ਹੁਣ ਤੱਕ 3000 ਤੋਂ ਵੱਧ ਲੋਕ ਇਟਲੀ ਪਹੁੰਚੇ ਨੇ ਜਦੋਂ ਕਿ ਪਿਛਲੇ ਸਾਲ ਪੂਰੇ ਸਾਲ 'ਚ ਲਗਭਗ 1300 ਲੋਕ ਸਨ ਏਐਨਐਸਏ ਨਿਊਜ਼ ਏਜੰਸੀ ਨੇ ਕਿਹਾ ਕਿ 41 ਵੱਖ-ਵੱਖ ਕਿਸ਼ਤੀਆਂ ਤੋਂ 1869 ਪ੍ਰਵਾਸੀ 9 ਮਾਰਚ ਨੂੰ ਇਕੱਲੇ ਲੈਂਬੇਡੂਸਾ ਪਹੁੰਚੇ ਇੱਕ ਦਿਨ ਵਿੱਚ ਸਭ ਤੋਂ ਵੱਧ ਉਤਰਨ ਦਾ ਰਿਕਾਰਡ ਕਾਇਮ ਕੀਤਾ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਪ੍ਰਸਤਾਵਿਤ ਨਿਯਮ ਜਾਰੀ ਕੀਤਾ ਸੀ ਜੋ ਵੱਖ-ਵੱਖ ਕਿਸਮਾਂ ਦੀਆਂ ਵੀਜ਼ਾ ਅਰਜ਼ੀਆਂ ਅਤੇ ਖਾਸ ਤੌਰ ਤੇ ਰੁਸਗਾਰ ਅਧਾਰਤ ਅਰਜ਼ੀਆਂ ਤੇ ਕਾਰਵਾਈ ਕਰਨ ਦੇ ਲਈ ਲੜਿੰਦੀਆਂ ਫਾਈਲਿੰਗ ਫੀਸਾਂ ਨੂੰ ਵਧਾਏਗਾ ਜਨਤਕ ਟਿੱਪਣੀ ਲਈ ਅੰਤਮ ਤਾਰੀਖ ਜਿਹੜੀ ਹੈ 6 ਮਾਰਚ ਨਿਰਧਾਰਤ ਕਰ ਲਈ ਗਈ ਸੀ ਪਰ 13 ਮਾਰਚ ਤੱਕ ਇਸ ਨੂੰ ਵਧਾ ਦਿੱਤਾ ਗਿਆ ਸੀ ਹਜ਼ਾਰਾਂ ਲੋਕਾਂ ਨੇ US ਵੀਜ਼ਾ ਫੀਸਾਂ ਦੇ ਪ੍ਰਸਤਾਵਿਤ ਵਾਧੇ ਬਾਰੇ ਟਿੱਪਣੀਆਂ ਦਰਜ ਕਰਨ ਲਈ ਕਾਲ ਦਾ ਜਵਾਬ ਦਿੱਤਾ ਅਤੇ ਅਨੁਮਾਨਿਤ ਤੌਰ ਤੇ ਬਹੁਤ ਸਾਰੀਆਂ ਚਿੰਤਾਵਾਂ ਦਾ ਪ੍ਰਗਟਵੀ ਕੀਤੀਆਂ ਨੇ ਦਰਜ ਕੀਤੀਆਂ ਗਈਆਂ 4000 ਤੋਂ ਬਾਅਦ ਟਿੱਪਣੀਆਂ ਦੀ ਇੱਕ ਸਰਸਰੀ ਝਲਕ ਇਹ ਦਰਸਾਉਂਦੀ ਹੈ ਕਿ ਲੋਕ ਅਣਗணਤ ਕਾਰਨਾ ਕਰਕੇ ਪ੍ਰਸਤਾਵਿਤ ਵਾਦੇ ਨਾਲ ਮੁੱਦਾ ਉਠਾ ਰਹੇ ਨੇ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਕਈ ਸੋਧਾਂ ਹੋਣਗੀਆਂ ਕਿਉਂਕਿ ਬਿਲ ਸੀ 19 ਨੂੰ ਸ਼ਾਹੀ ਮਨਜ਼ੂਰੀ ਮਿਲੀ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਆਰਥਿਕ ਟੀਚੇ ਆਕਾਰਾਂ ਜਿਵੇਂ ਕਿ ਰੁਜ਼ਗਾਰ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਰਵਾਨਗੀ ਦੇ ਆਧਾਰ ਤੇ ਸਮੂਹਾਂ ਦੀ ਸਥਾਪਨਾ ਕੀਤੀ ਜਾਣੀ ਹੈ ਵੱਡੀਆਂ ਤਬਦੀਲੀਆਂ ਦਾ ਉਦੇਸ਼ ਕੈਨੇਡਾ ਦੀ ਲੇਬਰ ਮਾਰਕੀਟ ਅਤੇ ਜਨਸੰਖਿਆ ਸੰਬੰਧੀ ਲੋੜਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣਾ ਹੈ ਆਉਣ ਵਾਲੇ ਮਹੀਨਿਆਂ ਚ ਸਹੀ ਸ਼੍ਰੇਣੀਆਂ ਅਤੇ ਇਸ ਦੀ ਯੋਗਤਾ ਦੇ ਨਾਲ ਸੀ 19 ਬਿਲ ਵਾਰੇ ਹੋਰ ਵੇਰਵਿਆਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ ਬਿੱਲ ਸੀ 19 ਕੈਨੇਡਾ ਵੀਜ਼ਾ ਅਰਜੀ ਪ੍ਰਕਿਰਿਆ ਵਿੱਚ ਇੱਕ ਨਵੀਂ ਸੋਧ ਹੈ 23 ਜੂਨ 2022 ਨੂੰ ਪਾਸ ਕੀਤਾ ਗਿਆ ਬਿੱਲ ਸੀ 19 ਇਮੀਗ੍ਰੇਸ਼ਨ ਰਿਫਿਊਜ਼ਸ ਪ੍ਰੋਟੈਕਸ਼ਨ ਐਕਟ ਵਿੱਚ ਸੋਧ ਕਰੇਗਾ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੁਨਰਮੰਦ ਕਾਮਿਆਂ ਨੂੰ ਪ੍ਰੋਸੈਸਿੰਗ ਨੂੰ ਸਚਾਰੂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਤਿੰਨ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਅਧੀਨ ਅਰਜ਼ੀ ਦਿੰਦੇ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਫੈਡਰਲ ਸਕਿਲ ਟ੍ਰੇਡਰ ਪ੍ਰੋਗਰਾਮਸ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਦੇ ਇੱਕ ਹਿੱਸੇ ਵਰਗੀਆਂ ਸ਼੍ਰੇਣੀਆਂ ਸ਼ਾਮਲ ਨੇ ਜੋ ਕਿ 2023 ਦੇ ਵਿੱਚ ਬਿਲ ਸੀ 19 ਦੇ ਤਹਿਤ ਤਬਦੀਲੀਆਂ ਦਾ अनुपापकरण के कनाडा दी एक्सप्रेस एंट्री एक पॉइंट आधारित प्रणाली है जो सीआरएस पॉइंट कैलकुलेटर विच कारकों ਦੇ ਆਧਾਰ ਤੇ ਉਮੀਦਵਾਰਾਂ ਦਾ ਮੁਲਾਂਕਣ ਕਰਦੀ ਹੈ ਅਪਲਾਈ ਕਰਨ ਦੇ ਲਈ ਸੱਦਾ ਸਿਰਫ ਕਟੂਕਟ ਵਿਆਪਕ ਰੈਂਕਿੰਗ ਸਿਸਟਮ ਸਕੋਰ ਤੇ ਆਧਾਰਿਤ ਹੈ ਕੈਨੇਡਾ ਦੀ ਲਗਾਤਾਰ ਵਧ ਰਹੀ ਮਜ਼ਦੂਰਾਂ ਦੀ ਘਾਟ ਦੇ ਨਾਲ ਕੈਨੇਡਾ ਵਿੱਚ ਕਾਰੋਬਾਰਾਂ ਨੂੰ ਫੈਡਰਲ ਸਰਕਾਰਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਮਾਰਕਾਂ ਨੂੰ ਆਸਾਨ ਬਣਾਉਣ ਦੀ ਅਪੀਲ ਕੀਤੀ ਹੈ ਖਾਸ ਕਰਕੇ ਹੁਨਰਮੰਦ ਕਾਮਿਆਂ ਦੇ ਲਈ 2022 ਦੇ ਵਿੱਚ ਆਪਣੀ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂ ਰਹੀ ਹੈ ਇਸ ਲਈ ਮੋਦੀ ਸਰਕਾਰ ਨੇ ਸਬੰਧਤ ਮੰਤਰੀਆਂ ਨੂੰ ਇਸ ਮੁੱਦੇ ਤੇ ਡੂੰਘਾਈ ਦੇ ਨਾਲ ਵਿਚਾਰ ਕਰਨ ਲਈ ਕਿਹਾ ਹੈ 2011 ਵਿੱਚ 1.2 ਲੱਖ ਭਾਰਤੀਆਂ ਨੇ ਵਿਦੇਸ਼ ਵਿੱਚ ਵਸਣ ਦੇ ਲਈ ਨਾਗਰਿਕਤਾ ਛੱਡ ਦਿੱਤੀ ਤਾਂ 2022 ਦੇ ਵਿੱਚ ਇਹ ਗਿਣਤੀ ਲਗਭਗ ਦੁੱਗਣੀ ਹੋ ਕੇ 2,25,000 ਹੋ ਗਈ। ਸਰਕਾਰ ਦੀ ਚਿੰਤਾ ਇਸ ਗੱਲ ਦੀ ਹੈ ਕਿ ਅਮੀਰ ਭਾਰਤੀ ਆਪਣੇ ਦੇਸ਼ ਵਿੱਚ ਨਿਵੇਸ਼ ਕਰਨ ਦੀ ਬਜਾਏ ਨਾਗਰਿਕਤਾ ਲੈ ਕੇ ਵਿਦੇਸ਼ 'ਚ ਵਸ ਰਹੇ ਨੇ। ਨਾ ਸਿਰਫ ਉੱਚਕੁਸ਼ਲ ਵਿਅਕਤੀ ਅਤੇ ਵਿਦਿਆਰਥੀ ਆਪਣੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ ਸਗੋਂ ਵੱਡੀ ਗਿਣਤੀ 'ਚ ਅਮੀਰ ਭਾਰਤੀ ਕਿਤੇ ਹੋਰ ਰਾਸ਼ਟਰੀਤਾ ਖਰੀਦ ਰਹੇ ਨੇ। ਜੇਕਰ ਵਿਤ ਮੰਤਰਾਲੇ ਤੋਂ ਪ੍ਰਾਪਤ ਰਿਪੋਰਟਾਂ ਨੂੰ ਆਧਾਰ ਮੰਨੀਏ ਤਾਂ 100 ਤੋਂ ਵੱਧ ਵਿਅਕਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀ ਸ਼ੱਕੀ ਨਾਜਾਇਜ਼ ਜਾਇਦਾਦ ਦੇ ਨਾਲ ਦੁਬਈ ਅਤੇ ਮੌਰੀਸ਼ੀਅਸ ਸਮੇਤ ਹੋਰ ਟੈਕਸ ਹੈਵਨ ਦੇਸ਼ਾਂ ਵਿੱਚ ਵਸਣ ਦਾ ਬਦਲ ਚੁਣਿਆ ਹੈ ਭਾਰਤ ਸਰਕਾਰ ਜਾਣਦੀ ਹੈ ਕਿ ਅਮਰੀਕਾ ਜਾਂ ਹੋਰ ਪੱਛਮੀ ਲੋਕਤੰਤਰਾਂ ਤੋਂ ਭਾਰਤੀਆਂ ਦਾ ਦੇਸ਼ ਨਿਕਾਲਾ ਕਰਨਾ ਸੌਖਾ ਕੰਮ ਨਹੀਂ ਹੈ ਇਸ ਲਈ ਯੂਈਈ ਮੌਰੀਸ਼ੀਅਸ ਅਤੇ ਕੁਝ ਹੋਰ ਜਿਵੇਂ ਲੁੜਿੰਦੇ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਵਦੇਰੀ ਮਿੱਤਰ ਦੇਸ਼ਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਮੋਦੀ ਇਸ ਮਾਮਲੇ ਵਿੱਚ ਆਪਣੀ ਵੱਡੀ ਉਪਲਬਧੀ ਨੂੰ ਸਾਲ ਦੇ ਮੱਧ ਤੱਕ ਦਿਖਾਉਣਾ ਚਾਹੁੰਦੇ ਨੇ 2011 ਤੋਂ ਰਿਕਾਰਡ 17 ਲੱਖ ਭਾਰਤੀਆਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ ਵਿੱਚ ਵਸਣ ਦਾ ਬਦਲ ਚੁਣਿਆ ਜੇਕਰ ਮੋਦੀ ਦੀ ਬੇਨਤੀ ਮੁਤਾਬਕ ਅਜੇ 50 ਤੋਂ ਵੱਧ ਭਾਰਤੀਆਂ ਦਾ ਦੇਸ਼ ਨਿਕਾਲਾ ਕੀਤਾ ਜਾਂਦਾ ਹੈ ਤਾਂ ਇਹ ਇੱਕ ਇਤਿਹਾਸਿਕ ਪਲ ਹੋਏਗਾ ਕੁਝ ਦਿਨ ਪਹਿਲਾਂ ਫਿਜੀ ਤੋਂ ਐਚਐਸ ਗਿਲ ਦੇ ਦੇਸ਼ ਨਿਕਾਲੇ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈ 이란 ਅਤੇ ਸਾਊਦੀ ਅਰਬ 7 ਸਾਲ ਦੇ ਤਣਾਅ ਤੋਂ ਬਾਅਦ ਕੂਟਨੀਤਿਕ ਸੰਬੰਧ ਬਹਾਲ ਕਰਨ ਅਤੇ ਦੂਤਕਰ ਮੁਰਖ ਖੋਲਣ ਦੇ ਲਈ ਸ਼ੁੱਕਰਵਾਰ ਨੂੰ ਸਹਿਮਤ ਹੋ ਗਏ ਚਾਈਨਾ ਦੀ ਮਦਦ ਦੇ ਨਾਲ ਮਿਲੀ ਇਸ ਮਹੱਤਵਪੂਰਨ ਕੂਟਨੀਤਿਕ ਸਫਲਤਾ ਨੇ ਦੋਵਾਂ ਦੇਸ਼ਾਂ ਦਰਮਿਆਨ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਨੂੰ ਘਟਾ ਦਿੱਤਾ ਹੈ ਇਸ ਸਮਝੌਤੇ ਨੂੰ ਚਾਈਨਾ ਦੀ ਵੱਡੀ ਕੂਟਨੀਤਿਕ ਜਿੱਤ ਵਜੋਂ ਵੇਖਿਆ ਜਾ ਰਿਹਾ ਕਿਉਂਕਿ ਖਾੜੀ ਦੇਸ਼ਾਂ ਦਾ ਮੰਨਣਾ ਹੈ ਕਿ ਅਮਰੀਕਾ ਮੱਧ ਪੂਰਬ ਤੋਂ ਹੌਲੀ-ਹੌਲੀ ਪਿੱਛੇ ਹਟ ਰਿਹਾ ਹੈ ਇਸ ਦੌਰਾਨ ਡਿਪਲੋਮੈਟ ਵੀ ਯਮਨ ਵਿੱਚ ਸਾਲ ਭਰ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਤੇ ਵਿੱਚ ਲੱਗੇ ਹੋਏ ਨੇ ਵਿਦੇਸ਼ ਜਾਣ ਦੀ ਇੱਛਾ ਤਾਂ ਹੈ ਪਰ ਪਾਸਪੋਰਟ ਨਹੀਂ ਹੈ ਕੁਝ ਦੇਸ਼ਾਂ ਨੂੰ ਯਾਤਰਾ ਕਰਨ ਦੇ ਲਈ ਪਾਸਪੋਰਟ ਦੀ ਲੋੜ ਨਹੀਂ ਹੁੰਦੀ ਇਹਨਾਂ ਦੇਸ਼ਾਂ ਵਿੱਚ ਯਾਤਰਾ ਕਰਨ ਦੇ ਲਈ ਕੇਵਲ ਇੱਕ ਫੋਟੋ ਆਈਡੀ ਨਾਲ ਜ਼ਰੂਰੀ ਆਗਿਆ ਮਿਲੇਗੀ ਜੇਕਰ ਤੁਹਾਡੀ ਉਮਰ 15 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਹੈ ਤਾਂ ਤੁਸੀਂ ਆਪਣੇ ਆਧਾਰ ਕਾਰਡ ਤੇ ਹੀ ਇਹਨਾਂ ਦੇਸ਼ਾਂ ਵਿੱਚ ਸ਼ਾਮਲ ਹੋ ਸਕਦੇ ਹੋ ਇਹ ਦੋ ਦੇਸ਼ ਕ੍ਰਮਵਾਰ ਭੂਟਾਨ ਅਤੇ ਨੇਪਾਲ ਨੇ ਔਰ ਇਹਨਾਂ ਦੇਸ਼ਾਂ ਦੀ ਯਾਤਰਾ ਕਿਵੇਂ ਕੀਤੀ ਜਾ ਸਕਦੀ ਹੈ ਭਾਰਤ ਯਾਤਰੀ ਜੋ ਭੂਟਾਨ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਂ ਤਾਂ ਆਪਣਾ ਪਾਸਪੋਰਟ ਰੱਖਣਾ ਚਾਹੀਦਾ ਹੈ ਜਿਸ ਦੀ ਘੱਟੋ ਘੱਟ ਵੈਧਤਾ 6 ਮਹੀਨਿਆਂ ਦੀ ਹੈ ਜੇਕਰ ਪਾਸਪੋਰਟ ਨਹੀਂ ਹੈ ਤਾਂ ਵੋਟਰ ਆਈਡੀ ਕਾਰਡ ਨਾਲ ਵੀ ਇਹ ਕੰਮ ਬਣ ਸਕਦਾ ਹੈ ਬੱਚਿਆਂ ਲਈ ਜਨਮ ਸਰਟੀਫਿਕੇਟ ਜਾਂ ਅਕਾਦਮਿਕ ਸਕੂਲ ਆਈਡੀ ਕਾਰਡ ਨਾਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੁੰਦੀ ਹੈ ਨੇਪਾਲ ਕਿਵੇਂ ਪਹੁੰਚਣਾ ਇਹ ਹੈ ਜ਼ਰੂਰੀ ਗੱਲ ਭਾਰਤ ਦੇ ਸਾਰੇ ਪ੍ਰਮੁੱਖ ਹਵਾਈ ਬੰਦਰਗਾਹ ਤੋਂ ਨੇਪਾਲ ਦੇ ਕਾਟਮੰਡੂ ਲਈ ਹਵਾਈ ਸੇਵਾਵਾਂ ਨੇ ਇਸ ਦੇ ਜਵਾਬ ਦੇ ਵਿੱਚ ਕੀ ਭਾਰਤੀਆਂ ਨੂੰ ਨੇਪਾਲ ਜਾਣ ਦੇ ਲਈ ਪਾਸਪੋਰਟ ਦੀ ਲੋੜ ਹੈ ਇੱਥੇ ਨੇਪਾਲ ਸਰਕਾਰ ਕਹਿੰਦੀ ਹੈ ਕਿ ਸਾਨੂੰ ਕੇਵਲ ਇੱਕ ਅਜਿਹੇ ਦਸਤਾਵੇਜ਼ ਚਾਹੀਦਾ ਹੈ ਜੋ ਤੁਹਾਡੀ ਭਾਰਤੀ ਨਾਗਰਿਕਤਾ ਨੂੰ ਸਾਬਤ ਕਰਦਾ ਹੋਵੇ ਇਸ ਦੇ ਲਈ ਤੁਸੀਂ ਆਪਣਾ ਵੋਟਰ ਆਈਡੀ ਕਾਰਡ ਜਾਂ ਭਾਰਤੀ ਪਾਸਪੋਰਟ ਪੇਸ਼ ਕਰ ਸਕਦੇ ਹੋ ਔਰ ਹਾਂ ਭੂਟਾਨ ਅਤੇ ਨੇਪਾਲ ਤੋਂ ਇਲਾਵਾ ਕੁਝ ਦੇਸ਼ ਅਜਿਹੇ ਨੇ ਜਿੱਥੇ ਪਾਸਪੋਰਟ ਦੀ ਲੋੜ ਹੈ ਪਰ ਵੀਜ਼ਾ ਦੀ ਲੋੜ ਨਹੀਂ ਹੈ ਇੱਕ ਭਾਰਤੀ ਪਾਸਪੋਰਟ ਧਾਰਕ ਹੋਣ ਦੇ ਨਾਤੇ ਤੁਸੀਂ ਪੂਰਵ ਵੀਜ਼ਾ ਪਰਵਾਨਗੀ ਤੋਂ ਬਿਨਾ ਦੁਨੀਆ ਭਰ ਵਿੱਚ 58 ਯਾਤਰਾ ਸਥਾਨਾਂ ਦੀ ਯਾਤਰਾ ਕਰ ਸਕਦੇ ਹੋ ਮਾਲਦੀਵੀ ਮੋਰੀਸ਼ੀਅਸ ਸ਼੍ਰੀਲੰਕਾ THAILAND ਮਕਾਓ ਪੁਟਾਨ ਕੰਬੋਡੀਆ ਨੇਪਾਲ ਮਾਇਆਮਾਰ ਜ਼ਿੰਬਾਬਵੇ ਆਦ ਲੰਬੀ ਸੂਚੀ ਦੇ ਨਾਮ ਸ਼ਾਮਲ ਨੇ ਜਿੱਥੇ ਭਾਰਤੀ ਬਿਨਾਂ ਵੀਜ਼ਾ ਦੇ ਜਾ ਸਕਦੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਯੂਕੇ ਲਿਆਉਣ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਇਹ ਖਬਰ ਪਿਛਲੇ ਹਫਤੇ ਆਈ ਸੀ ਜਦੋਂ ਤੱਕ ਉਹ ਸਰਕਾਰੀ ਸਕੀਮਾਂ ਦੇ ਤਹਿਤ ਉੱਚ ਮੁੱਲ ਦੀ ਡਿਗਰੀ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਦਾ ਟਾਈਮਜ਼ ਦੇ ਅਨੁਸਾਰ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਿਗਿਆਨ ਗਣਿਤ ਅਤੇ ਇੰਜੀਨੀਅਰਿੰਗ ਦਾ ਅਧਿਐਨ ਕਰਨ ਦੇ ਲਈ ਵੀਜ਼ਾ ਦਿੱਤਾ ਗਿਆ ਉਹਨਾਂ ਦੇ ਆਸ਼ਰਿਤਾਂ ਨੂੰ ਯੂਕੇ ਵਿੱਚ ਕਿਤੇ ਹੋਰ ਤਬਦੀਲ ਕੀਤਾ ਜਾ ਸਕਦਾ ਹੈ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਿੱਚ ਲਗਭਗ 8 ਗੁਣਾ ਵਾਧੇ ਨੇ ਪ੍ਰਧਾਨ ਮੰਤਰੀ ਰਿਸ਼ੀ ਸੁੰਕ ਅਤੇ ਗ੍ਰੇਸ ਕਟਰ ਸੋਇਲਾ ਬ੍ਰੇਵਰਮੈਨ ਨੂੰ ਚਿੰਤਤ ਕੀਤਾ ਨਵੇਂ ਇਮੀਗ੍ਰੇਸ਼ਨ ਅੰਕੜਿਆਂ ਦੇ ਚਾਰ ਪਿਛਲੇ ਸਾਲ 490763 ਵਿਦਿਆਰਥੀ ਵੀਜ਼ੇ ਦਿੱਤੇ ਗਏ ਸੀ ਇਹਨਾਂ ਵਿਦਿਆਰਥੀਆਂ ਦੇ ਨਾਲ ਰਹਿ ਰਹੇ ਆਸ਼ਰਿਤਾ ਜੀਵਨ ਸਾਥੀਆਂ ਤੇ ਬੱਚਿਆਂ ਦੀ ਕੁੱਲ ਸੰਖਿਆ 2019 ਚ 16047 ਦੇ ਮੁਕਾਬਲੇ ਵਰਤਮਾਨ ਵਿੱਚ 135788 ਹੈ ਇਹਨਾਂ ਵਿੱਚੋਂ ਪਿਛਲੇ ਸਾਲ ਯੂਕੇ ਦੇ ਵਿੱਚ 33240 ਆਸ਼ਰਿਤਾ ਸਮੇਤ 161000 ਵਿਦਿਆਰਥੀਆਂ ਦੇ ਨਾਲ ਭਾਰਤ ਯੂਕੇ ਲਈ ਵਿਦਿਆਰਥੀਆਂ ਦੀ ਸਭ ਤੋਂ ਵੱਡਾ ਸਰੋਤ ਬਣ ਗਿਆ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ 1.60 ਲੱਖ ਤੋਂ ਵੱਧ ਪ੍ਰਵਾਸੀ ਆਪਣੀਆਂ ਅਰਜ਼ੀਆਂ ਤੇ ਫੈਸਲੇ ਦੀ ਉਡੀਕ ਕਰ ਰਹੇ ਨੇ ਜਿਨ੍ਹਾਂ ਦਾ ਬੈਕਲੌਗ ਰਿਕਾਰਡ ਪੱਧਰ ਤੇ ਪਹੁੰਚ ਗਿਆ ਸਰਕਾਰ ਨੇ ਇਸ ਵਿਵਾਦਤ ਮਾਮਲੇ ਤੇ ਅਜੇ ਕੋਈ ਅੰਤਿਮ ਫੈਸਲਾ ਲੈਣਾ ਹੈ ਸੰਖਿਆਵਾਂ ਨੂੰ ਘਟਾਉਣ ਦੇ ਲਈ ਪ੍ਰਸਤਾਵ ਤਿਆਰ ਕੀਤਾ ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਕੋਰਸਾਂ ਤੋਂ ਬਾਅਦ ਯੂਕੇ ਵਿੱਚ ਰਹਿਣ ਦੇ ਸਮੇਂ ਨੂੰ ਘਟਾਉਣਾ ਸ਼ਾਮਲ ਹੈ ਸਿੱਖਿਆ ਵਿਭਾਗ ਦੇ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਨਾਲ ਰੱਖਣ ਤੇ ਪਾਬੰਦੀ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਦਿਵਾਲੀਆ ਕਰ ਦੇਗੀ ਜੋ ਪੈਸੇ ਲਈ ਵਿਦੇਸ਼ੀ ਵਿਦਿਆਰਥੀਆਂ ਤੇ ਨਿਰਭਰ ਕਰਦੀਆਂ ਨੇ ਇਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਬਰਨ ਕੌਰ ਮਾਨ ਨੂੰ ਦਿਵਾਕਿਆ ਤੇ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸ਼ੁਕਰੀਆ ਸਾਸ਼ਟਰੀ